देखो फेर हो रहे हैं सरदारा। पंजाब च कानून व्यवस्था दा बीड़ा गर्क होया पिया। पंजाब दे हर कोने च शरेआम गुंडागर्दी हो रही है, पर ना ता कानून अपना फर्ज चंगी तरह निभा रहा है ते ना ही पंजाब सरकार। यह दोवें हाथ ते हाथ धरी बैठे ने ते पुलिस दी ढिल्ली कारगुजारी दे चलदे गुंडियां दे नाल नाल आम लोकां दे हौसले भी इन्ने बुलंद हो चुके ने कि वो भी शरेआम गुंडागर्दी ते उतर आए ने। उतरन भी क्यों ना उन्हां दे मनसूबियां नूं हवा तां साडी सरकार ते साडी पुलिस दे रही है। जिन्हां दा डर लोकां नूं होणा चाहीदा सी ओह अजकल गुंडागर्दी करदे नजर आ रहे ने, यानी कि साडी पुलिस ते प्रशासन दे कुछ लोग। कुछ इसे तरह होया लुधियाणा दे शाबरी मोहल्ले च, जिथे माहौल उस समय इतना पूर्ण हो गया जदों पहलां किसे मामले नूं लै के फैसला हो गया, फिर बाद च उसे गल नूं लै के कहा सुनी हो गई, जिस तों बाद दो गुटां च खूनी जंग शुरू हो गई। इस मौके दोवां धिरां वल्लों गुंडागर्दी दा नंगा नाच किया गया ते कानून व्यवस्था दा शरेआम जनाजा कढ़िया गया ते दोवां धिरां ने एक दूजे ते पत्थरबाजी की, बोतलां मारियां गईयां ते गड्डियां दे शीशे भन्ने गए। पहला देखो शरेआम होई गुंडागर्दी दीआं कुछ लाइव तस्वीरां। फैर हो रहे जी, देखो फैर हो रहे हैं सरदारा। ਤੁਸੀਂ ਵੇਖਿਆ ਕਿ ਕਿਵੇਂ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਤੇ ਕਿਵੇਂ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲਿਆ। ਇਸ ਤੋਂ ਬਾਅਦ ਪਹਿਲੀ ਧਿਰ ਨੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਦੂਜੀ ਧਿਰ ਇਲਾਕੇ 'ਚ ਰਹਿੰਦੀ ਸਿੱਖ ਕਮਿਊਨਿਟੀ ਦੇ ਉੱਪਰ ਅਟੈਕ ਕਰ ਰਹੀ ਸੀ। ਇਸ ਮੌਕੇ ਉਹਨਾਂ ਨੇ ਦੂਜੀ ਪਾਰਟੀ 'ਤੇ ਮਾਰ ਕੁੱਟ ਦੇ ਇਲਜ਼ਾਮ ਲਗਾਏ। ਮਾਮਲਾ ਉਹਨਾਂ ਨੇ ਕੱਲ੍ਹ ਨਾ ਸਾਡੇ ਮੁੰਡੇ ਦੀ ਮਾਰਕੀਟ 'ਤੇ ਹਮਲਾ ਕਰਤਾ 3 ਵਾਰੀ। ਪਹਿਲਾਂ ਦੁਪਹਿਰੇ ਕੀਤਾ, ਫਿਰ ਸ਼ਾਮੀ ਰਾਤੀ 100-200 ਜਨਾਨੀ ਆਦਮੀ ਲੈ ਕੇ ਚਲੇ ਗਏ। ਸ਼ਾਮੀ 4 ਵਜੇ 6 ਵਜੇ 4 ਨੰਬਰ ਦ੍ਰਿਸ਼ ਫੈਸਲਾ ਹੋ ਗਿਆ। ਅਸੀਂ ਕਿਹਾ ਵੀ ਚਲੋ ਠੀਕ ਹੈ ਅਤੇ ਆ ਘਰ ਆ ਗਏ। ਅਸੀਂ ਰੋਟੀ ਖਾਂਦੇ ਪਏ ਹਾਂ, ਉਹ ਬੋਤਲਾਂ ਕਿਰਪਾਨਾਂ ਲੈ ਕੇ ਗਟੂਏ ਫੈਰ 5-10-12 ਫੈਰ ਕੀਤੇ ਉਹਨਾਂ ਨੇ ਇਹ ਚੌਂਕ ਵਿੱਚ, ਅਤੇ ਗਟੂਆ ਕਿਰਪਾਨਾਂ ਲੈ ਕੇ 2 ਜਨਾਨੀਆਂ ਨੂੰ ਮਾਰਿਆ, ਇਹ ਬੰਦਿਆਂ ਨੂੰ ਮਾਰਿਆ, ਹੋਰਾਂ ਨੂੰ ਮਾਰਿਆ। ਕਹਿੰਦੇ ਇੱਥੋਂ ਤੁਸੀਂ ਸਰਦਾਰੋ ਮੋਨਿਓ ਅਤੇ ਮੁਸਲਮਾਨ ਮੁਸਲਮਾਨ ਹੋ, ਇੱਥੇ ਨਿਕਲ ਜਾਓ, ਛੱਡ ਦਿਓ ਉੱਥੇ ਸਰਦਾਰ ਮੁਸਲਮਾਨ ਹਿੰਦੂ। ਕਹਿੰਦੇ ਇੱਥੋਂ ਛੋਣੀ ਮੱਲਾ ਛੱਡ ਕੇ ਨਿਕਲ ਜਾਓ। ਕੌਣ ਸੀਗੇ ਦੂਜੇ ਪਾਸੇ? ਉਹ ਬਾਲਮੀਕ ਏਰੀਆ। ਕਾਰਨ ਕੀ ਸੀ ਲੜਾਈ ਦਾ? ਕਾਰਨ ਇਹ ਸੀ, ਕੱਲ੍ਹ ਇਹਨਾਂ ਨੇ ਕੱਲ੍ਹ ਇੱਥੇ ਇੱਕ ਵਾਰ ਸਾਡੇ ਬੇਟੇ ਦੇ ਦੁਕਾਨ 'ਤੇ ਇਹਨਾਂ ਨੇ ਹਮਲਾ ਕਰਾਤਾ, ਰਾਤੀ ASI ਆਇਆ ਅਤੇ ਕਾਰਨ ਹਮਲਾ ਕੀਤਾ ਉਹਨਾਂ ਨੇ, ਹਮਲਾ ਹਿੰਦੂ ਸਿੱਖ ਦੇ ਵਰਾਫ, ਉਹ ਇੱਥੋਂ ਮੱਲਾ ਛੱਡ ਦਿਓ, ਇਹ ਗੱਲ ਹੈ। ਅਸੀਂ ਤਾਂ ਹੋਈ ਨਹੀਂ, ਸਾਨੂੰ ਤਾਂ ਅਸੀਂ ਤਾਂ ਅੰਦਰ ਸੀ ਆਪਣੇ। ਇੱਕ ਮਿੰਟ ਬੇਟੇ, ਮੈਂ ਤੇ ਆਪਣੇ, ਅਸੀਂ ਸਾਰਾ ਜਨਾਨੀਆਂ ਸਮੇਤ ਰੋਟੀ ਖਾਂਦੇ ਪਏ ਸਾਂ ਅੰਦਰ। ਮੌਕਾ ਦੇਖੋ ਤੁਸੀਂ ਆ ਕੇ। ਕਿੰਨੇ ਬੰਦੇ ਘਾਇਲ ਹੋਏ? ਉਹਨਾਂ ਦੇ ਘਰ ਤੋਂ 70-80 ਬੰਦੇ ਤੋਂ ਉੱਤੇ ਸੀ। ਘਾਇਲ ਕਿੰਨੇ? ਇੰਜਰਡ ਕਿੰਨੇ? 4-5 ਆ ਗਏ, ਇਹਦੇ 2 ਜਨਾਨੀਆਂ ਇੱਕ ਹਸਪਤਾਲ, ਉਹਨਾਂ ਵੱਲੋਂ ਉਹਨਾਂ ਵੱਲੋਂ 6-7 ਫਾਇਰ ਕੀਤੇ, 6-7 ਫਾਇਰ ਕੀਤੇ ਉਹਨਾਂ ਨੇ। ਉਧਰ ਮਿਲੀ ਜਾਣਕਾਰੀ ਮੁਤਾਬਿਕ ਮੌਕੇ ਤੇ ਪਹੁੰਚੀ ਪੁਲਿਸ ਨੂੰ ਮਾਮਲੇ ਨੂੰ ਸ਼ਾਂਤ ਕਰਵਾਉਣ ਲਈ ਕੁਝ ਹਵਾਈ ਫਾਇਰ ਵੀ ਕਰਨੇ ਪਏ। ਇਹ ਦੋ ਧਿਰਾਂ ਦੇ ਵਿੱਚ ਲੜਾਈ ਹੋਈ ਆਸ ਵਿੱਚ, ਇਹਨਾਂ ਨੇ ਆਸ ਵਿੱਚ ਇੱਕ ਦੂਜੇ ਦੇ ਪੱਥਰ ਇੱਟਾਂ ਮਾਰੇ ਆ, ਉਹਦੇ ਵਿੱਚ ਹਾਲੇ ਤੱਕ ਇਹ ਨਹੀਂ ਪਤਾ ਕੋਈ ਇੰਜਰਡ ਹੋਇਆ ਕਿ ਨਹੀਂ ਹੋਇਆ, ਹਾਲੇ ਤੱਕ ਇਹ ਨਹੀਂ ਪਤਾ। ਅਤੇ ਜਿਹੜੇ ਵੀ ਹੋਈ ਗਏ ਅਸੀਂ ਆਪਣੇ ਵੱਲੋਂ ਇੱਕ ਕਾਰਵਾਈ ਕਰ ਰਹੇ ਇਹਨਾਂ ਦੋਨਾਂ ਧਿਰਾਂ ਦੇ ਖਿਲਾਫ਼। ਇਹਨਾਂ ਕਾਰਨ ਇਹਨਾਂ ਦਾ ਆਪਸੀ ਬਸ ਛੋਟੀ ਮੋਟੀ ਗੱਲ ਤੋਂ ਲੈ ਕੇ ਲੰਘਦ ਵੜਨ ਤੋਂ ਲੈ ਕੇ ਝਗੜਾ ਹੋਇਆ ਕਿਸੇ ਗੱਲ ਤੋਂ, ਉਹ ਅਸੀਂ ਪੜਤਾਲ ਕਰ ਰਹੇ ਹਾਂ। ਪੜਤਾਲ ਕਰਕੇ ਜੋ ਵੀ ਗੱਲ ਸਾਹਮਣੇ ਆਈ ਉਸ ਹਿਸਾਬ ਨਾਲ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕਰਾਂਗੇ। ਤਕਰੀਬਨ ਤੋਂ ਅੱਧਾ ਘੰਟਾ ਪਹਿਲਾਂ ਹੋਇਆ। ਕਿੰਨੇ ਕੋਈ ਇੱਟਾਂ ਪੱਥਰ, ਕੋਈ ਨੁਕਸਾਨ ਵੀ ਹੋਇਆ ਕਿਸੇ ਦਾ? ਨਹੀਂ, ਹੋਰ ਕੋਈ ਨੁਕਸਾਨ ਕੁਝ ਨਹੀਂ ਹੋਇਆ। ਕੋਈ ਜੇ ਕਿਸੇ ਸੱਟ ਲੱਗੀ ਹੈ ਜਾਂ ਕੋਈ, ਉਹ ਜੋ ਵੀ ਸਾਹਮਣੇ ਆ ਕੇ ਦੇਖ। 160 IPC ਦਾ ਪਰਚਾ ਦਰਜ ਕਰ ਰਹੇ ਹਾਂ ਦੋਨਾਂ ਧਿਰਾਂ ਦੇ ਖਿਲਾਫ਼। ਚੱਕਦੇ TV ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।